ਗੁੱਡ ਮਾਰਨਿੰਗ ਫਰੈਂਡਸ, ਰਾਤੀ ਤਾਂ ਆਪਾਂ ਐਂ ਸੌਂਗੇ ਪੱਗ ਦੇ ਵਿੱਚ ਹੀ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ, ਚੇਂਜ ਕਰਨ ਦਾ ਟਾਈਮ ਨਹੀਂ ਮਿਲਿਆ ਅਤੇ ਪਾਰਟਨਰ ਮੇਰਾ ਵੀ ਉੱਠ ਗਿਆ ਅਤੇ ਅਸੀਂ ਐਂ ਖਿਲਾਰਾ ਪਾ ਕੇ ਸੌਂਗੇ। ਲੋਕ ਰੂਮ ਦਾ ਵੀ ਤੁਹਾਨੂੰ ਦਿਖਾਉਂਦੇ ਹਾਂ। ਸੀਰੀਅਸਲੀ ਚਾਹ ਪੀਂਦਾ ਵੱਖਰਾ ਮਜ਼ਾ ਇੱਥੇ ਲਿਖ ਕੇ ਬਹਿ ਕੇ ਪੀਂਦਾ ਅਤੇ ਪਿੱਛੇ ਵਿਊ ਬਹੁਤ ਸੋਹਣਾ ਆ। ਗਰਮੀ ਹੋ ਗਈ ਉਹਨਾਂ ਦਾ, ਕੱਲ੍ਹ ਸਨੋਫਾਲ ਹੋ ਗਈ ਸੀ ਅਤੇ ਹੁਣ ਅਸੀਂ ਮੋਰਨਿੰਗ ਨਿਕਲ ਲੱਗੇ ਹਾਂ। ਕਿਹੜੀ ਲੇਕ ਨੂੰ ਜਾਣਾ ਸਰ? ਆਪਾਂ ਸੋਮਰੂਰੀ ਜਾ ਰਹੇ ਹਾਂ ਇੱਥੋਂ ਅਸੀਂ, ਅਤੇ ਤੁਹਾਨੂੰ ਅੱਗੇ ਦਾ ਰੋਡ ਦਿਖਾਵਾਂਗੇ ਸੋਮਰੂਰੀ ਦਾ। ਲਾਸਟ ਵਲੌਗ ਤੁਸੀਂ ਦੇਖ ਲਿਆ ਅਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਜਿਹਨਾਂ ਨਹੀਂ ਕੀਤਾ ਹੋਇਆ, ਅਤੇ ਤੁਹਾਨੂੰ ਇੱਦਾਂ ਦੇ ਵਧੀਆ ਵਧੀਆ ਲਦਾਖ ਬਾਰੇ ਇਨਫੋਰਮੇਸ਼ਨ ਮਿਲੂਗੀ ਤਾਂ ਕਿ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹਾਂ। ਇਸ ਟਾਈਮ ਅਸੀਂ ਬੈਠੇ ਹਾਂ ਪੈਂਗੋਂਗ ਲੇਕ ਦੇ ਉੱਤੇ ਲਦਾਖ, ਅਤੇ ਕਾਫੀ ਇੰਜੋਏ ਕਰ ਰਹੇ। ਪੈਕਿੰਗ ਕਰ ਲਈ ਆ, ਹੁਣ ਅਸੀਂ ਨਿਕਲਾਂਗੇ ਸੋਮਰੂਰੀ ਲਈ ਅਤੇ ਦੇਖਦੇ ਹਾਂ ਕਿਹੜੇ ਰੂਟ ਚੱਲਦੇ ਹਾਂ। ਪਿੱਛੇ ਲੇਕ ਦਾ ਕਲਰ ਵੀ ਚੇਂਜ ਹੁੰਦੇ ਆ ਅਤੇ ਕਾਫੀ ਕਲਰ ਚੇਂਜ ਹੁੰਦੇ ਆ ਧੁੱਪ ਦੇ ਨਾਲ, ਕਾਫੀ ਸੋਹਣੀ ਲੇਕ ਆ। ਰਾਤ ਇਹਨਾਂ ਕੋਲ ਰੁਕੇ, ਬਹੁਤ ਵਧੀਆ ਰੋਟੀ ਸੀਗੀ ਅਤੇ ਕਾਫੀ ਵਧੀਆ ਸੀਗਾ। ਅਤੇ ਇਹ ਸਰ ਕਿਹੜੀ ਜਗ੍ਹਾ 'ਤੇ ਆ ਤੁਹਾਡਾ ਕੈਂਪ? ਪੈਂਗੋਂਗ ਲੇਕ ਦੇ ਉੱਪਰ ਆ ਅਤੇ ਬਾਕੀ ਤੁਸੀਂ ਕਦੀ ਵੀ ਆ ਸਕਦੇ ਹਾਂ। ਕੋਈ ਕੰਟੈਕਟ ਨੰਬਰ ਜਾਂ ਕੁਛ ਦਿਖਾਓ ਕਾਰਡ? ਇਹਨਾਂ ਦਾ ਕੰਟੈਕਟ ਨੰਬਰ ਆ, ਤੁਸੀਂ ਇੱਥੇ ਆਉਣਾ ਅਤੇ ਕੰਟੈਕਟ ਕਰ ਸਕਦੇ ਹੋ। ਈਮੇਲ ਆਈਡੀ ਵੀ ਹੈਗੀ ਹੈ ਇਹਨਾਂ ਦੀ ਅਤੇ ਇਹਨਾਂ ਕੋਲ ਆਹ ਪਲੈਨ ਨੇ ਰੂਮਸ ਦੇ ਇਹਨਾਂ ਦੇ, ਅਤੇ ਤੁਸੀਂ ਇਹਨਾਂ ਕੋਲ ਆ ਕੇ ਇੱਥੇ ਰਹਿ ਸਕਦੇ ਹੋ। ਵਧੀਆ ਲੱਗਿਆ ਮਿਲ ਕੇ ਬਾਈ ਨੂੰ, ਥੈਂਕ ਯੂ ਫੋਰ ਐਵਰੀਥਿੰਗ। ਹਾਂਜੀ, ਪਿੰਡ ਆਇਆ ਹੈਗਾ ਲੇਕ ਦੇ ਕੰਢੇ ਦੇ। ਅਸੀਂ ਜਾ ਰਹੇ ਹਾਂ ਚੂਸਲ ਵਾਇਆ,
ਤੇ 31 ਕਿਲੋਮੀਟਰ ਚੁਸੇ ਪਿੰਡ ਆ ਫਾਈਨਲੀ ਸਾਨੂੰ ਕੁਛ ਖਾਣ ਨੂੰ ਮਿਲਿਆ ਇੱਥੋਂ ਮੈਗੀ ਮਿਲੀ ਹੈ ਪਿੰਡ ਦੇ ਵਿੱਚੋਂ ਅਤੇ ਖਾਂਦੇ ਹਾਂ ਫਿਰ ਦੇਖਦੇ ਹਾਂ ਅੱਗੇ ਦਾ ਰਸਤਾ ਪਿੰਡ ਦੇ ਬੱਚੇ ਨੇ ਛੋਟੇ ਆਪਣਾ ਆਪਣਾ ਨਾਮ ਬਤਾਓ ਤੇਰਾ ਨਾਮ ਕਿਆ ਹੈ ਔਰ ਤੇਰਾ ਨਾਮ ਕਿਆ ਹੈ ਤੇਰਾ ਨਾਮ ਕਿਆ ਹੈ ਤੇਰਾ ਕਿਆ ਹੈ ਔਰ ਤੇਰਾ ਕਿਆ ਹੈ ਔਰ ਤੇਰਾ ਨਾਮ ਕਿਆ ਹੈ ਅੱਛਾ ਇਹ ਸਭ ਦੋਸਤ ਹੈ ਨਾ ਦੋਸਤ ਹੈ ਇਹ ਸਾਰਾ ਦੋਸਤ ਹੈ ਬਾਏ ਬਾਏ ਕਰ ਦਿਓ आप हेलो को क्या बोलते हैं जुले 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 पर भाई डर रहा मैं को पता नहीं की कह लड़के बाबा जड़े उत्तर वाले हो गए ਬਾਲਾ ਹੀ ਘੈਂਟ ਰਸਤਾ ਹੈ ਅਤੇ ਸਾਨੂੰ 2 ਘੰਟੇ ਹੋ ਗਏ ਟਰੈਵਲ ਕਰਦਿਆਂ ਨੂੰ ਅਤੇ ਜਿਹੜੇ ਤੁਸੀਂ ਇੱਧਰ ਵਾਲੇ ਪਹਾੜ ਦੇਖ ਰਹੇ ਹੋ ਇਹ ਵੇਲੇ ਇਹਦੇ ਨਾਲ ਹੀ ਅਗਲੇ ਪਿੰਡ ਚਾਈਨਾ ਆ ਅਤੇ ਰਸਤਾ ਐਕਸਪਲੋਰ ਕਰ ਰਹੇ ਹਾਂ ਅਸੀਂ ਅਤੇ ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਅਸੀਂ ਸੋਮਰੂਰੀ ਜਾ ਰਹੇ ਹਾਂ ਅਸੀਂ ਚੱਲੇ ਸੀਗੇ ਪੈਂਗੋਂਗ ਲੇਕ ਤੋਂ ਵਾਇਆ ਅਸੀਂ ਆਏ ਹਾਂ ਚੂਸਲ ਅਤੇ ਬਹੁਤ ਹੀ ਮਤਲਬ ਘੈਂਟ ਜਿਹਾ ਰਸਤਾ ਤੁਸੀਂ ਬਾੜੀ ਸਾਹਮਣੇ ਵੀ ਚੈੱਕ ਕਰੋ ਮਤਲਬ ਨਾ ਕੋਈ ਨਹੀਂ ਦੂਰ ਦੂਰ ਤੱਕ ਦੇਖਦਾ ਸਾਨੂੰ ਦੋ ਘੰਟੇ ਤੱਕ ਕੋਈ ਨਹੀਂ ਸੀ ਲੱਭਦਾ ਅਤੇ ਇੱਕ ਚੈੱਕ ਪੋਸਟ ਆਈ ਆ ਹੁਣ ਬਸ ਲੰਘ ਕੇ ਆਏ ਰੀਸੈਂਟਲੀ ਅਸੀਂ ਥੋੜ੍ਹਾ ਸਾਹ ਆਇਆ ਸਾਡੇ ਅਤੇ ਬਾਕੀ ਅੱਗੇ ਦਾ ਰਾਹ ਤੁਹਾਨੂੰ ਅੱਗੇ ਦਿਖਾਉਂਦੇ ਹਾਂ
ਪਹਿਲਾਂ ਸਾਡੇ ਹਾਲ ਵੇਖ ਲਓ ਕਿੰਨੇ ਬੰਦੇ ਨੇ ਉਹਨਾਂ ਦਾ ਵੇਖੋ ਕੀ ਬਣ ਗਿਆ ਕੁਲੀਏ ਵਿਗੜ ਗਏ ਨੇ ਅੱਜ ਡੇ ਹੈਗਾ 8ਵਾਂ 8th ਡੇ ਆ ਅੱਜ ਸਾਡਾ ਜਿਹੜਾ ਘਰੋਂ ਨਿਕਲਿਆ ਨੂੰ ਤੇ ਅੱਜ ਇੱਧਰ ਅਸੀਂ ਜਾ ਰਹੇ ਸਾਨੂੰ ਕੋਈ ਉਮੀਦ ਨਹੀਂ ਅਸੀਂ ਕਿਤੇ ਪਹੁੰਚਾਂਗੇ ਤੁਹਾਨੂੰ ਨਾ ਸਾਹਮਣੇ ਮੈਂ ਦਿਖਾ ਰਿਹਾ ਕੁਛ ਕਿੱਡੀ ਘੈਂਟ ਜਗ੍ਹਾ ਯਾਰ ਦਿਖਾ ਮਿਲਾ ਉਹ ਸਾਹਮਣੇ ਜਿਹੜੇ ਤੁਹਾਨੂੰ ਦੇਖ ਰਹੇ ਹੋ ਟੀਪ ਜਿਹਾ ਉਹ ਹੈਗਾ ਚਾਈਨਾ ਸਾਰਾ ਤੇ ਜਾਣਾ ਨੂੰ ਸਿੱਧੇ ਜਾ ਸਕਦੇ ਹਾਂ ਅਸੀਂ ਸੀਰੀਅਸਲੀ ਉਹ ਚਾਈਨਾ ਚੈੱਕ ਕਰ ਲਏ ਭਾਵੇਂ ਕੋਈ ਨਾ ਕੀ ਜਾ ਰਹੇ ਹਾਂ ਅਤੇ ਬੜਾ ਘੈਂਟ ਆ ਬਾਕੀ ਇੱਥੇ ਆਲੇ ਦੁਆਲੇ ਕੁਛ ਨਹੀਂ ਹੈਗਾ ਦੂਰ ਦੂਰ ਦੇ ਦੇਖੋ ਡੈਜ਼ਰਟ ਵਾਲੇ ਰਾਜਸਥਾਨ ਕਹਿੰਦੇ ਮੈਂ ਤਾਂ ਐਕਚੁਅਲੀ ਡੈਜ਼ਰਟ ਘੁੰਮਾ ਮਤਲਬ ਇਹ ਡੈਜ਼ਰਟ ਆ ਮਤਲਬ ਰੇਤਾ ਹੀ ਰੇਤਾ ਹੈ ਪਿੱਛੇ ਵੀ ਦੇਖੋ ਤੁਸੀਂ ਕੋਈ ਨੀ ਕੁਛ ਵੀ ਹੋ ਸਕਦਾ ਇੱਥੇ ਤੇ ਬਾਕੀ ਰੇਤਾ ਹੀ ਰੇਤਾ ਸਾਰੀ ਮਤਲਬ ਸੀਰੀਅਸਲੀ ਇੱਥੇ ਮਤਲਬ ਕੋਈ ਲਾਈਫ ਨਹੀਂ ਹੈਗੀ ਵੈਸੇ ਦੂਰ ਦੂਰ ਤੱਕ ਆਰਮੀ ਆਰਮੀ ਆ ਬਸ ਇੰਨਾ ਘੈਂਟ ਜਿਹਾ ਵੀ ਹੋਣਾ ਆਲੇ ਦੁਆਲੇ ਬੂਟੇ ਰੇਗਿਸਤਾਨ ਵਾਲੇ ਨਾਲੇ ਰੇਤਾ ਨਾਲ ਭਰੇ ਹੋਏ ਸੀਰੀਅਸਲੀ ਬੜੇ ਚਿਰ ਬਾਅਦ ਦੇਖਣ ਨੂੰ ਮਿਲਿਆ ਪੁੱਲ ਆ ਗਿਆ ਥੱਲੇ ਪਾਣੀ ਜਿਹੜਾ ਤੁਸੀਂ ਪੁੱਲ ਦੇਖਿਆ ਇਹ ਜਾਂਦਾ ਸੀ ਹਨਲੇ ਨੂੰ ਇੱਕ ਨਵਾਂ ਪਾਸ ਬਣਿਆ ਪਰ ਇਹਨਾਂ ਕਲੋਜ਼ ਕਰਤਾ ਕੁਛ ਬੰਦਿਆਂ ਨੂੰ ਪਰਮਿਸ਼ਨ ਮਿਲਦੀ ਹੈ ਕੁਛ ਨੂੰ ਨਹੀਂ ਕਿਉਂਕਿ ਉਹ ਬਿਲਕੁਲ ਚਾਈਨਾ ਦੇ ਬਾਰਡਰ ਦੇ ਉੱਤੇ ਆ ਤਿੰਨ ਬੰਨੇ ਉਹ ਚਾਈਨਾ ਦੇ ਏਰੀਏ 'ਚ ਆ ਇੱਕ ਬੰਨੇ ਉਹ ਇੰਡੀਆ 'ਚ ਰਹਿ ਜਾਂਦਾ ਇਸ ਕਰਕੇ ਪਰਮਿਸ਼ਨ ਨਹੀਂ ਦਿੰਦੇ ਇਹ ਚੈੱਕ ਪੋਸਟ ਸੀਗੀ ਦਾ ਬੋਰਡ ਲੱਗਿਆ ਹੋਇਆ ਇੱਥੇ ਤੇ ਲੇਹ ਹੈਗਾ ਸਾਰਾ 200 ਸਾਰਿਆਂ ਦਾ ਹਾਈਐਸਟ ਵੱਡਾ ਜਿਹੜਾ ਉੱਚਾ ਜਿਹੜਾ ਹਸਪਿਟਲ ਹੈ ਇੱਥੇ ਇੱਕ ਪਿੰਡ ਆਇਆ ਰਾਹ ਦੇ ਵਿੱਚ ਬਹੁਤ ਮਾੜਾ ਹਾਲ ਆ ਅਤੇ ਹੁਣ ਸਾਨੂੰ ਤਾਂ ਫੇਰ ਵਧੀਆ ਜਿਹਾ ਫੂਡ ਮਿਲ ਜਾਵੇ ਖਾਣ ਵਾਸਤੇ ਅਤੇ ਮੌਸਮ ਇੱਦਾਂ ਦਾ ਹੀ ਹੋਵੇ ਉੱਥੇ ਠੰਡ ਨਾ ਹੋਵੇ ਅਤੇ ਬਾਕੀ ਪੁਆਇੰਟ ਆ ਗਿਆ ਇੱਥੋਂ ਲੇਹ ਨੂੰ ਚਲੇ ਜਾਈਦਾ ਫਿਰ ਲੇਕ ਨੂੰ ਚਲੇ ਜਾਈਦਾ ਇੱਥੇ ਪੰਪ ਵੀ ਹੈਗਾ ਇੱਕ ਪਤਾ ਨਹੀਂ ਚੱਲਦਾ ਕਿ ਨਹੀਂ ਚੱਲਦਾ ਬੈਂਕ ਵੀ ਹੈਗੀ ਆ ਬਾਕੀ ਕੋਈ ਬੈਂਕ ਚੱਲਦੀ ਆ ਅਤੇ ਨਾ ਪੰਪ ਚੱਲਦਾ ਪਰ ਇਹ ਕਹਿੰਦੇ ਆ ਕਿ ਚਾਲੂ ਹੋ ਜੂਗਾ ਕੋਈ 1.5-2 ਮਹੀਨੇ ਤੱਕ ਅਤੇ ਬੈਂਕ ਵੀ ਨਹੀਂ ਚਾਲੂ ਹੋਈ ਅਤੇ ਹੋ ਜਾਊਗਾ ਟੂਰਿਸਟ ਨੂੰ ਬੈਨੀਫਿਟ ਹੋਊਗਾ ਬਾਅਦ 'ਚ ਪਰ ਅਜੇ ਹੈ ਨਹੀਂ ਇੱਥੋਂ ਦਿੱਲੀ ਹੈਗਾ 1535 ਕਿਲੋਮੀਟਰ ਅਤੇ ਚੰਡੀਗੜ੍ਹ ਹੈਗਾ 1035 ਸੀਰੀਅਸਲੀ ਯੈਲੋ ਪੱਟੀ ਵਾਲੀ ਰੋਡ ਮਿਲੀ ਆ ਸਾਨੂੰ ਇਹ ਲੇਹ ਹਾਈਵੇ ਆ
ਫਾਈਨਲੀ ਅਸੀਂ ਪਹੁੰਚ ਗਏ ਇੱਥੇ ਸਿੱਧੇ ਚਲੇ ਜਾਓ ਉੱਥੇ ਲੇਹ ਚਲੇ ਜਾਈਦਾ ਇੱਥੋਂ ਲੈਫਟ ਹੋ ਜਾਈਏ ਸੋਮੋਰੀ ਚਲੇ ਜਾਈਦਾ ਇੱਥੇ ਰੈਸਟੋਰੈਂਟ ਹੈ ਖਾਣ ਵਾਸਤੇ ਥੋੜ੍ਹਾ ਜਿਹਾ ਖਾਵਾਂਗੇ ਅਤੇ ਫਿਰ ਅੱਗੇ ਚੱਲਾਂਗੇ ਚੈੱਕ ਪੋਸਟ ਵੀ ਹੈ ਇੱਥੇ ਇੱਕ ਤੁਹਾਨੂੰ ਇੱਥੇ ਆਪਣਾ ਦਿਖਾਉਣਾ ਪੈਂਦਾ ਉਹ ਪਰਮਿਟ ਦੈਨ ਅੱਗੇ ਜਾਣ ਦਿੰਦੇ ਆ ਯੈਸ ਦਾਲ ਚੌਲ ਨਾਲ ਇੱਕ ਸਬਜ਼ੀ ਇਹਨਾਂ ਦੀ ਇੱਧਰ ਵਾਲੀ ਨਾਲ ਉਹਦੇ ਮੋਮੋਜ਼ ਮਿਲੇ ਨੇ ਫਰਾਈਡ ਸਾਨੂੰ ਅਤੇ ਚਟਨੀ ਹੈ ਚਾਹ ਮਿਲੇਗੀ ਸਾਨੂੰ ਸਾਨੂੰ ਨਾਲ ਘੱਟਾ ਮਿਲ ਹੀ ਰਿਹਾ ਹੈ ਖਾਣ ਵਾਸਤੇ ਅਤੇ ਬਾਕੀ ਹੁਣ ਥੋੜ੍ਹਾ ਜਿਹਾ ਫਰੈਸ਼ ਜਿਹੇ ਹੋਏ ਹਾਂ ਖਾ ਪੀ ਕੇ ਖਾਵਾਂਗੇ ਹਾਂਜੀ ਅਸੀਂ ਹੁਣ ਨਿਕਲ ਰਹੇ ਹਾਂ ਸੋਮੋਰੀਰੀ ਲਈ ਅਤੇ ਇਹ ਮੇਨ ਚੌਂਕ ਸੀਗਾ ਜਿੱਥੋਂ ਚੇਂਜ ਹੋਣਾ ਅਤੇ ਸਾਹਮਣੇ ਫੋਟੋ ਇਹਨਾਂ ਨੇ ਲਿਖਿਆ ਹੋਇਆ ਫੋਟੋ ਵਿੱਚ ਨਹੀਂ ਐਨੀ ਲਾਊਡ ਨਹੀਂ ਹੈਗੀ ਇੱਥੋਂ ਹੈਗਾ 154 ਕਿਲੋਮੀਟਰ ਸੋਮੋਰੀਰੀ ਲੇਕ ਪਿੰਡ ਆ ਗਏ ਜੀ ਅੱਗੇ ਵਾਲੇ ਹੋਰ ਇੱਥੋਂ ਅਸੀਂ ਮੁੜਨਾ ਆ ਲੈਫਟ ਰਾਈਟ ਜਾਣਾ ਤੁਸੀਂ ਮਨਾਲੀ ਹਾਈਵੇ 'ਤੇ ਜਾ ਕੇ ਚੜ੍ਹ ਜਾਓਗੇ ਇੱਥੋਂ ਹੈਗਾ 43 ਕਿਲੋਮੀਟਰ ਸਾਰਾ ਪਿੰਡ ਚੈੱਕ ਕਰੋ ਕਿੱਡਾ ਸੋਹਣਾ ਆ ਇੱਕ ਪਿੰਡ ਹੋਰ ਆਇਆ ਅੱਗੇ ਸੋਮੋਰੀਰੀ ਲੇਕ ਉਹ ਉੱਥੇ ਆਈ ਦੂਰ ਦੇਖ ਗਿਆ ਪਤਾ ਨਹੀਂ ਮੂਵੀ 'ਚ ਦੇਖ ਰਿਹਾ ਕਿ ਨਹੀਂ ਦੇਖ ਰਿਹਾ ਲੇਕ ਲਾਈਕ ਪੈਂਗੋਂਗ ਨਹੀਂ ਪੈਂਗੋਂਗ ਵੀ ਹੈਗੀ ਆ ਪਾਣੀ ਇਹਦਾ ਵੀ ਵਿਊ ਆ ਕਾਫੀ ਵੱਡੀ ਹੈ ਵੀ ਸੋਮੋਰੀਰੀ ਲੇਕ ਦੇ ਉੱਤੇ ਦੇਖਦੇ ਕਿੰਨੇ ਕੁ 'ਚ ਮਿਲਦਾ ਆ ਇਹ ਪਿੰਡ ਆ ਗਿਆ ਲਾਸਟ ਵਲੌਗ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਵੀ ਉੱਥੋਂ ਰਾਈਟ ਚਲੇ ਜਾਵਾਂਗੇ ਤਾਂ ਅਸੀਂ ਦੁਬਰੀ ਚਲੇ ਜਾਵਾਂਗੇ ਜਿਹੜਾ ਕਿ ਪੌਂਗ ਦੇ ਚਲੇ ਜਾਂਦਾ ਅਤੇ ਅਸੀਂ ਇਸ ਟਾਈਮ ਡੁਬਰੀ ਨੂੰ ਜਾ ਰਹੇ ਹਾਂ ਥੋੜ੍ਹਾ ਹਨੇਰਾ ਹੋ ਗਿਆ ਸਾਡੇ ਕੋਲ ਟਾਈਮ ਹੈਗਾ ਸੀ ਅਸੀਂ ਸੋਚਿਆ ਨਿਕਲ ਚੱਲਦੇ ਹਾਂ ਕੱਲ੍ਹ ਨੂੰ ਸਾਡੀ ਵਾਪਸੀ ਆ ਅਤੇ ਮਾਇਆ ਮਨਾਲੀ ਸੋਚਿਆ ਹੋਇਆ ਪਤਾ ਨਹੀਂ ਖੁੱਲਿਆ ਕਿ ਨਹੀਂ ਖੁੱਲਿਆ ਇਸ ਕਰਕੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਜਿੱਥੇ ਸਾਨੂੰ ਹਨੇਰਾ ਹੋ ਗਿਆ ਅਸੀਂ ਰੁਕ ਜਾਂਗੇ ਅਤੇ ਵੈਸੇ ਡੁਬਰੀ ਰੁਕਣ ਦਾ ਪਲੈਨ ਆ ਸਾਡਾ ਅਤੇ ਆਹ ਡੁਬਰੀ ਨੂੰ ਜਾਂਦਾ ਰੋਡ ਆ ਤੁਹਾਨੂੰ ਉਹ ਦਿਖਾ ਰਹੇ ਹਾਂ
ਦਾ ਸਾਨੂੰ ਇੱਕ ਪਿੰਡ ਆਇਆ ਰਾਹ ਦੇ ਵਿੱਚ ਇੱਥੋਂ ਨਾਲ ਹੀ ਅਗਲੇ ਦਿਨ ਥੋੜ੍ਹਾ ਹੀ ਦੂਰ ਆ ਵੈਸੇ ਤਾਂ ਡੁੰਗਰੀ ਬਟ ਅਸੀਂ ਪੁੱਛਦੇ ਹਾਂ ਇੱਥੇ ਵੀ ਇੱਥੇ ਕਿਵੇਂ ਆ ਹਿਸਾਬ ਕਿਤਾਬ ਟਾਈਮ ਹੋ ਚੁੱਕਿਆ 8:51 ਰਾਤ ਦੇ ਪੀਐਮ ਅਸੀਂ ਪਹੁੰਚ ਚੁੱਕੇ ਹਾਂ ਸ਼ੋਕਰ ਲੇਕ ਤੁਹਾਨੂੰ ਦੱਸਿਆ ਸੀ ਕੈਫੇ 'ਚ ਲਾਈਟਾਂ ਦੇਖਦੀਆਂ ਸੀ ਪਿੰਡ ਉੱਥੇ ਰੁਕ ਗਏ ਹਾਂ ਕਿਉਂਕਿ ਅੱਗੇ ਰਾਹ ਵੀ ਜਿਹੜਾ ਐਡਾ ਵਧੀਆ ਨਹੀਂ ਹੈਗਾ ਸੀਗਾ ਅਤੇ ਅਸੀਂ ਸੋਚਿਆ ਸਵੇਰੇ ਕ੍ਰੋਸ ਕਰਾਂਗੇ ਅਤੇ ਇਹਦੇ ਕੋਲ ਰੁਕ ਰਹੇ ਹਾਂ ਅਸੀਂ ਅਤੇ ਮੈਗੀ ਸਾਨੂੰ ਦਾਲ ਚੌਲ ਇਸ ਵੇਲੇ ਮਿਲਣਗੇ ਅਤੇ ਖਾਂਦੇ ਹਾਂ ਤਾਂ ਸੌਵਾਂਗੇ ਕਿਉਂਕਿ ਬਹੁਤ ਥੱਕੇ ਹੋਏ ਫਾਈਨਲੀ ਦਾਲ ਚੌਲ ਮਿਲ ਗਏ ਨੇ ਖਾਣ ਵਾਸਤੇ ਵੱਖਰਾ ਸਵਾਦ ਆ ਪਿਆਜ਼ ਨਾਲ ਚਾਹ ਨਾਲ ਚੌਲ ਖਾਣ ਦਾ ਕਿਉਂਕਿ ਕਾਫ਼ੀ ਲੇਟ ਹੋ ਗਿਆ ਰੋਟੀ ਮਿਲਦੀ ਨਹੀਂ ਗੀ ਫਿਰ ਚੌਲ ਖਾ ਰਿਹਾ ਉਹਦੇ ਨਾਲ ਸਾਰ ਲਾਂਗੇ ਬਾਕੀ ਸਵੇਰੇ ਬਾਕੀ ਇਹਨਾਂ ਪਿੰਡਾਂ ਦੇ ਚੌਲ ਖਾਣੇ ਵੀ ਬੜੇ ਵਧੀਆ ਦਾਲ ਬੜੇ ਵਧੀਆ ਤਰੀਕੇ ਨਾਲ ਬਣਾਈ ਹੋਈ ਆ ਇਸ ਕਰਕੇ ਬੜੀ ਵਧੀਆ ਲੱਗ ਰਹੀ ਹੈ ਹਾਂਜੀ ਦੋਸਤੋ ਅਸੀਂ ਖੜ੍ਹੇ ਇਸ ਟਾਈਮ ਸੁਮੋਰੇਡੀ ਲੇਕ ਦੇ ਉੱਤੇ ਜਿਹੜੀ ਕਿ ਲੇਹ ਤੋਂ ਹੈਗੀ ਆ 205 ਕਿਲੋਮੀਟਰ ਅਤੇ ਸਾਨੂੰ ਟਾਈਮ ਵੀ ਕਾਫ਼ੀ ਲੱਗ ਗਿਆ ਇੱਥੇ ਆਉਣ ਵਾਸਤੇ ਕਿਉਂਕਿ ਅਸੀਂ ਪੈਂਗੋਂਗ ਤੋਂ ਸਿੱਧੇ ਆਏ ਤੁਹਾਨੂੰ ਰੂਟ ਸਾਰਾ ਦਿਖਾਇਆ ਆ ਅਤੇ ਬਾਕੀ ਇਹ ਲੁੱਕ ਲਾਈਕ ਸੇਮ ਪੈਂਗੋਂਗ ਲੇਕ ਆ ਇਹਦੀ ਕਲਰ ਚੇਂਜ ਕਰਦੀ ਹੈ ਜਿੱਦਾਂ ਉਹ ਕਲਰ ਚੇਂਜ ਕਰਦੀ ਆ ਲੇਕ ਅਤੇ ਬਾਕੀ ਸੇਮ ਇਹ ਵੀ ਸੇਮ ਆ ਬਾਕੀ ਜੇ ਤੁਸੀਂ ਪੈਂਗੋਂਗ ਆ ਗਏ ਹੋ ਇੱਥੇ ਆਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ ਰਾਹ ਵੀ ਗੰਦਾ ਆ ਬਾਕੀ ਇੱਥੇ ਅਕੋਮੋਡੇਸ਼ਨ ਵੀ ਹੈਗੀ ਹੈ ਵੈਸੇ ਤਾਂ ਪਰ ਐਡੀ ਵਧੀਆ ਨਹੀਂ ਮੈਨੂੰ ਲੱਗੀ ਅਸੀਂ ਵਾਪਸ ਜਾ ਰਹੇ ਹਾਂ ਅਤੇ ਬਾਕੀ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ ਤੁਸੀਂ ਮੇਰੇ ਸਾਰੇ ਵਲੌਗ ਚੈੱਕ ਕਰ ਸਕਦੇ ਹੋ ਲੇਹ ਦੇ ਲਦਾਖ ਦੇ ਕਿਉਂਕਿ ਅਸੀਂ ਸਾਰੇ ਪਾਏ ਹੋਏ